बचपन दे विच मां ने चूरी खवा के सिद्धू नूं वड्डा कीता। किंज लाड लड़ाउंदी सी मां, सोचदी सी कि सिद्धू नूं हर एक प्यार देवां, हर एक खुशी देवां, पर अज ओह समां आया, ओह मां तरस रही है सिद्धू नूं देखण। पर अज जो ये मां की तस्वीर तुसीं देख सकते हो, हाथ दे विच एक छोटा जिहा बच्चा किस कदर उन्हूं लाड़ लड़ाउंदी है, तां गुड़ती दित्ती जा रही है। दिल दुखदा है ये तस्वीर देख के कि एक माँ किस कदर रो रही है जो उस बच्चे नूं एक गुड़ती दित्ती जा रही है, तां उन्हूं सिद्धू देख रहा उस दे विच। तां एक माँ ही समझ सकती है कि उस माँ ने किस कदर उस बच्चे नूं गुड़ती दित्ती, गल ना लाया। तां जिहड़ा परिवार उस बच्चे नूं उत्थे लै के आया सी, कह रहा सी कि असी सिद्धू दे फैन शुरू तो ही हाँ, तो असी अज आपके पुत का नाम भी सिद्धू वर्गा तो नहीं रख सकते, पर कोशिश करते हैं कि शुभ प्रताप रखा जाए। तो माँ ने किस तरह रोंदे रोंदे गल्लां कहियां ने, तो किस तरह माँ ने उस पुत नूं गल ना लाया। ਸਾਨੂੰ ਬਸ ਇਹ ਸੀ ਬੇਟੇ ਵੀ ਜਦੋਂ ਵੀ ਸਾਨੂੰ ਬੇਟੀ ਦੇ ਦਿਨ ਉੱਤੇ ਸੀ ਵੀ ਬਸ ਮਤਲਬ ਅਸੀਂ ਉੱਥੇ ਲੈ ਕੇ ਜਾਵਾਂਗੇ ਵੀ ਕਾਕੇ ਤੋਂ ਗੁੜਤੀ ਦਵਾਵਾਂਗੇ। ਚਲੋ ਹੁਣ ਹੈ ਪਰਮਾਤਮਾ ਨੂੰ ਬਹੁਤ ਵੱਡੀ ਹੈ ਤਾਂ ਉਹ ਕਰਦੇ ਦੇਖੋ, ਹੈ ਨਾ, ਆਪਾਂ ਉਹ ਨਹੀਂ ਕਰ ਸਕਦੇ। ਵੀ ਚਲੋ ਹੁਣ ਉਹਨਾਂ ਨੇ ਮਾਤਾ ਜੀ ਨੂੰ ਮਿਲੇ, ਸਾਨੂੰ ਚੰਗਾ ਲੱਗਿਆ, ਉਹਨਾਂ ਨੇ ਵੀ ਸਾਡਾ ਬਹੁਤ ਮਾਣ ਰੱਖਿਆ। ਬੱਚੇ ਦਾ ਨਾਮ ਰੱਖਿਆ ਕੁਛ ਐਸਾ? ਸ਼ਿਵ ਪ੍ਰਤਾਪ ਸਿੰਘ। ਕੀ ਨਾਮ ਰੱਖਿਆ? ਸ਼ਿਵ ਪ੍ਰਤਾਪ ਸਿੰਘ। ਨਾਮ ਦੇ ਲੈ ਕੇ ਬੋਲੋ ਮਹਾਰਾਜ, ਕੀ ਕਹੋਗੇ ਬੱਚੇ ਦਾ ਨਾਮ ਕੀ ਰੱਖਿਆ, ਕੀ ਸੋਚਿਆ? ਬਾਈ ਤਾਂ ਜੀ ਅਸੀਂ ਪ੍ਰੋਪਰ ਜਿਵੇਂ ਕਹਿ ਲਓ ਉਹੋ ਜਿਹਾ ਸਿੱਧੂ ਬਾਈ ਵਰਗਾ ਨਾਮਕਰਨ ਤਾਂ ਨਹੀਂ ਦੇ ਸਕਦੇ, ਪਰ ਅਸੀਂ ਸ਼ੁਭਦੀਪ ਦੇ ਨਾਮ 'ਤੇ ਸ਼ੁਭ ਪ੍ਰਤਾਪ ਸਿੰਘ ਰੱਖੇ। ਉਹਦੇ ਵਿੱਚ ਤਾਂ ਜੀ ਸਾਡਾ ਸਾਰਾ ਪਰਿਵਾਰ ਹੀ ਪਹਿਲਾਂ ਤੋਂ ਸਿੱਧੂ ਬਾਈ ਨਾਲ ਜੁੜਿਆ ਸੀਗਾ, ਅਤੇ ਜਦੋਂ ਦੀ ਪਤਾ ਲੱਗਿਆ ਸੀਗਾ ਵੀ ਮਾਂ ਬਣਨ ਵਾਲੇ ਆ, ਤਾਂ ਉਦੋਂ ਦੀ ਉਹਨਾਂ ਦੀ ਇੱਛਾ ਸੀਗੀ ਵੀ ਸਿੱਧੂ ਬਾਈ ਤੋਂ ਗੁੜਤੀ ਦਵਾਉਣੀ ਹੈ। ਚਲੋ ਸਿੱਧੂ ਬਾਈ ਤਾਂ ਸਾਡੇ ਵਿੱਚ ਨਹੀਂ ਹੈਗਾ, ਤਾਂ ਕੱਲ੍ਹ ਦੀ ਡਿਲੀਵਰੀ ਹੋਈ ਹੈ ਅਤੇ ਬੱਚੇ ਨੂੰ ਗੁੜਤੀ ਵਾਸਤੇ ਅਸੀਂ ਅੱਜ ਆਏ। ਅੱਜ ਮਾਤਾ ਨੂੰ ਗੁੜਤੀ ਉੱਤੇ ਕਿੱਦਾਂ ਲੱਗ ਰਿਹਾ, ਕੀ ਮਹਿਸੂਸ? ਸਕੂਨ ਹੈ ਜੀ, ਅਸੀਂ ਕੁਛ ਬਾਹਲਾ ਕੁਛ ਤਾਂ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਦੁੱਖ ਹੈ ਸਾਨੂੰ ਵੀ ਓਨਾ ਹੀ ਹੈ, ਉਹ ਘਾਟ ਤਾਂ ਨਹੀਂ ਪੂਰੀ ਹੋ ਸਕਦੀ, ਬਸ ਇੱਕ ਸਕੂਨ ਜ਼ਰੂਰ ਹੈ। ਕੀ ਸੋਚਦੇ ਹੋ ਅੱਜ ਮਨ ਦੇ ਵਿੱਚ? ਮਾਤਾ ਨੇ ਵੀ ਕਿਹਾ ਵੀ ਬੁੱਧੀਮਾਨ ਹੋਵੇ ਬੱਚਾ, ਇਹ ਕੀ ਕਹੋ? ਬਸ ਜਿਵੇਂ ਆਸ਼ੀਰਵਾਦ ਹੈ ਜੀ ਮਾਤਾ ਜੀ ਦਾ, ਬਸ ਸਾਰਾ ਕੁਛ ਉਵੇਂ ਹੀ।